ਕੌਣ ਨਹੀਂ ਚਾਹੁੰਦਾ ਮਸ਼ਹੂਰ ਹੋਣਾ, ਪਰ ਮੈਂ ਕੁਝ ਜ਼ਿਆਦਾ ਹੀ ਚਾਹੁੰਦਾ ਸੀ। ਮੈਂ ਪੰਜਾਬੀ ਹਾਂ, ਮੇਰੇ ਪਿੰਡ ਦੇ ਬਜ਼ੁਰਗਾਂ ਨੇ ਦਿੱਤੀਆਂ ਮੈਨੂੰ ਅਸੀਸਾਂ, ਮੇਰੀ ਮਾਂ ਨੇ ਦਿੱਤੀ ਗੁੜਤੀ ਮੈਨੂੰ ਲੜ ਕੇ ਜਿੱਤਣ ਦੀ, ਅਤੇ ਮੈਨੂੰ ਪਿਆਰ ਹੋ ਗਿਆ ਸਿਰਫ ਅਤੇ ਸਿਰਫ ਹਾਕੀ ਨਾਲ। ਅਤੇ ਫਿਰ ਹਾਕੀ ਦਾ ਪਿਆਰ ਮੇਰੇ ਲਈ ਮਾਣ ਅਤੇ ਦੇਸ਼ ਭਗਤੀ ਬਣ ਗਿਆ। ਇਸ ਖੇਡ ਨੇ ਮੈਨੂੰ ਮਕਬੂਲ ਅਤੇ ਮਸ਼ਹੂਰ ਕਰ ਦਿੱਤਾ। ਇਹ ਸਭ ਕੁਝ ਤਾਂ ਸੰਭਵ ਹੋਇਆ ਜਦੋਂ ਮੈਨੂੰ ਮਿਲੇ ਵਰਲਡ ਕਲਾਸ ਸਟੇਡੀਅਮ, ਬਿਹਤਰੀਨ ਕੋਚ ਅਤੇ ਤੁਹਾਡੇ ਸਾਰਿਆਂ ਦਾ ਪਿਆਰ ਅਤੇ ਸਹਿਯੋਗ। ਅੱਜ ਮੈਨੂੰ ਮਾਣ ਹੈ ਪੰਜਾਬੀ ਹੋਣ 'ਤੇ। ਕੌਣ ਕਹਿੰਦਾ ਹੈ ਸਾਡਾ ਨੌਜਵਾਨ ਨਛੇੜੀ ਹੈ? ਜੇ ਅਸੀਂ ਨਛੇੜੀ ਹਾਂ ਤਾਂ ਰਾਜਪਾਲ ਕਿਵੇਂ ਬਣਿਆ? ਮੈਂ ਹਾਂ ਰਾਜਪਾਲ।